ਸਰਕਾਰ ਦੀ ਕਾਰਗੁਜ਼ਾਰੀ ਖਿਲਾਫ ਹੁਣ ਖੁਦ ਕਾਂਗਰਸ ਦੇ ਵਰਕਰ ਹੀ ਆਵਾਜ਼ ਬੁਲੰਦ ਕਰਦੇ ਦਿਖਾਈ ਦੇ ਰਹੇ ਨੇ। ਬੀਤੇ ਦਿਨੀ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਕਾਂਗਰਸੀ ਵਰਕਰਾਂ ਦੇ ਵਿਰੋਧ ਤੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਉੱਤੇ ਹੁਣ ਅਕਾਲੀ ਦਲ ਦੇ ਵਿਧਾਇਕ ਤੇ ਸੀਨੀਅਰ ਬੁਲਾਰੇ ਪਵਨ ਟੀਨੂ ਨੇ ਇਸ ਨੂੰ ਕਾਂਗਰਸੀਆਂ ਦੀ ਬਗਾਵਤ ਕਰਾਰ ਦਿੱਤਾ ਹੈ। ਸਭ ਕੱਲ ਸੁਨੀਲ ਜਾਖੜ ਜੀ ਪਹੁੰਚੇ ਸੀ, ਤੁਸੀਂ ਦੇਖਣਾ ਕਾਂਗਰਸ ਵਰਕਰ ਹੀ ਕਾਂਗਰਸ ਦੇ ਖਿਲਾਫ ਹੋ ਗਏ, ਸਭ ਤੋਂ ਪਹਿਲਾਂ ਤਾਂ ਦੇਖੋ ਜੀ, ਸੁਨੀਲ ਜਾਖੜ ਕੱਲ ਆਏ ਸੀ ਜਲੰਧਰ 'ਚ, ਉਹ ਕਹਿੰਦੇ ਵੀ ਮੈਂ ਫੀਡਬੈਕ ਲੈਣ ਵਾਸਤੇ ਆਇਆ, ਅਤੇ ਲੋਕ ਵੀ ਜਾਣਦੇ ਆ, ਮੈਂ ਵੀ ਪੁੱਛਣਾ ਚਾਹੁੰਦਾ ਕਿ ਫੀਡਬੈਕ ਇਸ ਗੱਲ ਦਾ, ਸਰਕਾਰ ਨੇ 3 ਸਾਲ 'ਚ ਕਿਹੜਾ ਕੰਮ ਕੀਤਾ ਜਿਹਦਾ ਫੀਡਬੈਕ ਚਾਹੁੰਦੇ ਹੋ ਪਾਰਟੀ ਦੇ ਵਰਕਰਾਂ ਕੋਲੋਂ ਜਾਂ ਲੋਕਾਂ ਕੋਲੋਂ? ਇੱਟ ਇੱਧਰੋਂ ਚੱਕ ਕੇ ਉੱਧਰ ਤਾਂ ਰੱਖੀ ਨਹੀਂ। ਮੁਲਾਜ਼ਮ, ਵਿਦਿਆਰਥੀ, ਕਿਸਾਨ, ਮਜ਼ਦੂਰ ਸਾਰੇ ਤਾਂ ਪਰੇਸ਼ਾਨ ਆ। ਪੰਜਾਬ 'ਚ ਟੈਕਸ ਲਾ ਲਾ ਕੇ ਇਹਨਾਂ ਨੇ ਲੋਕਾਂ ਦਾ ਕਚੁੰਬਰ ਕੱਢ ਦਿੱਤਾ, ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ, ਅਤੇ ਫੀਡਬੈਕ ਕਿਸ ਗੱਲ ਦਾ? ਅਤੇ ਜਲੰਧਰ 'ਚ ਜਿਹੜਾ ਫੀਡਬੈਕ ਪ੍ਰੋਗਰਾਮ ਕੀਤਾ ਗਿਆ ਮੀਟਿੰਗ, ਉਹਦੇ ਵਿੱਚ ਖੁੱਲ੍ਹ ਕੇ ਵਰਕਰਾਂ ਨੂੰ, ਆਮ ਲੋਕਾਂ ਨੂੰ ਸਰਕਾਰ ਦੇ ਖਿਲਾਫ਼, ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਬੋਲਣ ਦਾ ਮੌਕਾ ਦਿੱਤਾ। ਔਰ ਹੈਰਾਨੀ ਦੀ ਗੱਲ ਇਹ ਹੈ ਕਿ PCC ਦੇ ਪ੍ਰਧਾਨ ਹੋਣ ਦੇ ਨਾਤੇ ਬਿਲਕੁਲ ਡਿਫੈਂਸ ਨਹੀਂ ਲਈ ਆਪਣੇ ਮੁੱਖ ਮੰਤਰੀ ਦੀ, ਬਚਾਓ ਨਹੀਂ ਕੀਤਾ, ਬਲਕਿ ਸਵਾਦ ਲੈ ਲੈ ਕੇ ਸੁਣਦੇ ਰਹੇ। ਅਤੇ ਇਹ ਲੱਗ ਰਿਹਾ ਕਿ ਕਾਂਗਰਸ ਦੇ ਅੰਦਰ ਜਾਖੜ, ਸਿੱਧੂ ਅਤੇ ਜਿਹੜੇ 4-5 ਵਿਧਾਇਕ ਨਾਰਾਜ਼ ਆ, ਜਿਹੜੇ ਕਹਿੰਦੇ ਵੀ ਸਾਡੇ ਫੋਨ ਟੈਪ ਕਰਾ ਰਹੇ ਮੁੱਖ ਮੰਤਰੀ, ਅਤੇ ਜਿਹੜੇ MLA ਵਿਚਾਰੇ ਰੋਂਦੇ ਫਿਰਦੇ ਆ, ਉਹ ਕਹਿ ਰਹੇ ਆ ਕਿ ਤਹਿਸੀਲਦਾਰ ਲੋਕਾਂ ਕੋਲੋਂ ਪੈਸੇ ਮੰਗਦੇ ਆ, ਰਿਸ਼ਵਤਖੋਰੀ ਬਹੁਤ ਵੱਧ ਗਈ ਆ। ਸੋ ਉਹਨਾਂ ਸਾਰਿਆਂ ਨੂੰ ਵੀ ਇਕੱਠੇ ਕਰਨ ਦਾ ਕੰਮ, ਉਹਨਾਂ ਨਾਲ ਮੁਲਾਕਾਤਾਂ ਦਾ ਕੰਮ ਵੀ ਸੁਨੀਲ ਜਾਖੜ ਹੀ ਕਰ ਰਹੇ। ਇਹ ਮੁੱਖ ਮੰਤਰੀ ਨੂੰ ਲਾਉਣ ਦੀਆਂ ਤਿਆਰੀਆਂ ਕਾਂਗਰਸ 'ਚ ਹੋ ਰਹੀਆਂ, ਇਹ ਹੁਣ ਮੁੱਖ ਮੰਤਰੀ ਜੀ ਨੂੰ ਲਾਉਣ ਦੀਆਂ ਤਿਆਰੀਆਂ ਕੀ ਰਾਹੁਲ ਗਾਂਧੀ ਜੀ ਦੇ ਕਹਿਣ 'ਤੇ, ਗਾਂਧੀ ਪਰਿਵਾਰ ਦੇ ਕਹਿਣ 'ਤੇ ਹੋ ਰਹੀਆਂ, ਜਾਂ ਆਪਣੇ ਤੌਰ 'ਤੇ ਜਾਖੜ ਜੀ ਕਰ ਰਹੇ ਆ? ਅਤੇ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਪਵਨ ਟੀਨੂ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਕੋਈ ਕੰਮ ਤਾਂ ਨਹੀਂ ਕੀਤਾ ਗਿਆ, ਫਿਰ ਵਰਕਰਾਂ ਤੋਂ ਫੀਡਬੈਕ ਕਿਸ ਗੱਲ ਦੀ ਲਈ ਜਾ ਰਹੀ ਹੈ? ਉਹਨਾਂ ਕਿਹਾ ਕਿ ਜਾਖੜ ਸਾਹਿਬ ਨੇ ਤਾਂ ਵਰਕਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਣ ਤੋਂ ਇੱਕ ਵਾਰ ਵੀ ਨਹੀਂ ਰੋਕਿਆ, ਜਿਸ ਤੋਂ ਸਾਫ਼ ਹੁੰਦਾ ਕਿ ਕਾਂਗਰਸ 'ਚ ਆਪਸੀ ਖਿਟਮਿਟ ਜਾਰੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇੱਕ ਵਾਰ ਬੀਬੀ ਭੱਠਲ ਵੱਲੋਂ ਕੈਪਟਨ ਨੂੰ ਮੁੱਖ ਮੰਤਰੀ ਪਦ ਤੋਂ ਹਟਾਉਣ ਲਈ ਬਗਾਵਤ ਕੀਤੀ ਗਈ ਸੀ, ਉਸੇ ਰਾਹ 'ਤੇ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਤੁਰ ਰਹੇ ਨੇ। ਜਲੰਧਰ ਤੋਂ ਵਿਨੇ ਸ਼ਰਮਾ, ਦੈਨਿਕ ਸਵੇਰਾ TV। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।